ਦੇ ਵਿੱਚ ਇੱਕ ਲੜਕੀ ਦੇ ਇਹ ਦੋਨੇ ਪਰਿਵਾਰ ਹੀ ਮਾਰਨ ਵਾਲਾ ਵੀ ਅਤੇ ਮਰਨ ਵਾਲੀ ਵੀ ਸੋ ਇਹ ਵੀ ਰਾਤ ਦੀ ਹੋਈ ਗੱਲ ਆ ਇਸ ਸੰਘ ਤੜਕਸਾਰ ਦੀ ਹੋਈ ਸੋ ਇਹਦੇ ਵਿੱਚ ਇੱਕ ਸਾਡਾ ਕੌਂਸਟੇਬਲ ਆ ਉਹਦੀ ਵੀ ਡੈਥ ਹੋਈ ਆ ਜਿਹਨੂੰ ਮਾਰਿਆ ਗਿਆ ਔਰ ਉਹਦਾ ਜਿਹੜਾ ਜਗਮੀਤ ਸਿੰਘ ਉਹਦਾ ਨਾਂ ਸੀ ਉਹ ਪੁਲਿਸ ਲਾਈਨ ਦੇ ਵਿੱਚ ਨੌਕਰੀ ਕਰਦਾ ਸੀਗਾ ਐਮ ਟੀ ਸੈਕਸ਼ਨ 'ਚ ਲੱਗਾ ਸੀ ਇਹਨੇ 4 ਸਾਲ ਪਹਿਲਾਂ ਵਿਆਹ ਕਰਾਇਆ ਸੀਗਾ ਔਰ ਵਿਆਹ ਜਿਹੜਾ ਸੀਗਾ ਜਿੱਥੋਂ ਦੀ ਉਹ ਕੁੜੀ ਸੀ ਉਹ 400 ਗਜ਼ ਪਰੇ ਘਰ ਸੀਗਾ ਸੋ ਇਹਦਾ ਜਿਹੜਾ ਭਰਾ ਸੀਗਾ ਕੁੜੀ ਦਾ ਉਹ ਇਹ ਮਹਿਸੂਸ ਕਰਦਾ ਸੀਗਾ ਵੀ ਉਸ ਪਰਿਵਾਰ ਦੇ ਨਾਲ ਸਾਡਾ ਮਿਲਵਰਤਨ ਆ ਅਤੇ ਅਸੀਂ ਉਸੇ ਪਿੰਡ ਦੇ ਰਹਿਣ ਵਾਲੇ ਹਾਂ ਅਤੇ ਇਹਨੇ ਇਸ ਮੁੰਡੇ ਦੇ ਨਾਲ ਹੀ ਕਿਉਂ ਮਤਲਬ ਉਹ ਵਿਆਹ ਕਰਾਇਆ ਅਤੇ ਸੀਗੀ ਇਹਨਾਂ ਦੀ ਲਵ ਮੈਰਿਜ ਬਾਅਦ 'ਚ ਇਹਨਾਂ ਨੇ ਕੋਰਟ ਮੈਰਿਜ ਵੀ ਕਰ ਲਈ ਸੋ ਉਸ ਦਿੱਕਤ ਦੇ ਕਰਦੇ ਇਹਨਾਂ 'ਚ ਕਾਫੀ ਸੀਗਾ ਬਟ ਕੁੜੀ ਜਿਹੜੀ ਸੀਗੀ ਉਦੋਂ ਮਾਂ ਪਿਓ ਨੇ ਸਮਝਾਇਆ ਵੀ ਤੇਰੀ ਇੱਕ ਛੋਟੀ ਭੈਣ ਦਾ ਵੀ ਵਿਆਹ ਵਾ ਵੀ ਨਹੀਂ ਤਾਂ ਕਿਸੇ ਨੇ ਉਹਦਾ ਰਿਸ਼ਤਾ ਨਹੀਂ ਲੈਣਾ ਵੀ ਤੂੰ ਅਜੇ ਉਹਨਾਂ ਦੇ ਘਰ ਨਾ ਜਾ ਅਤੇ ਸਾਡੇ ਕੋਲ ਹੀ ਸਾਡੇ ਘਰ ਰਹਿ ਸੋ ਉਹ ਕੁੜੀ ਇਹਨਾਂ ਦੇ ਆਪਦੇ ਮਾਂ ਪਿਓ ਦੇ ਕੋਲ ਰਹਿਣ ਲੱਗ ਗਈ ਅਤੇ ਉਹਨਾਂ ਨੇ ਕਿਹਾ ਵੀ ਅਜੇ ਮੁੰਡੇ ਨੂੰ ਨਾ ਮਿਲ ਜਿੰਨਾ ਚਿਰ ਅਸੀਂ ਛੋਟੀ ਕੁੜੀ ਦਾ ਆਪਣੀ ਦਾ ਵਿਆਹ ਨਹੀਂ ਕਰ ਦਿੰਦੇ ਸੋ ਇਹ ਜਿਹੜੀ ਲੜਕੀ ਵਿਆਹੀ ਸੀਗੀ ਜਿਹਨੇ ਕੋਰਟ ਮੈਰਿਜ ਕਰਾਈ ਸੀ ਸਾਡੇ ਜਿਹੜਾ ਮੁੰਡਾ ਕੌਂਸਟੇਬਲ ਸੀਗਾ ਉਹਦੇ ਨਾਲ ਇਹ ਆਪਦੇ ਮਾਂ ਪਿਓ ਦੇ ਘਰ ਰਹਿਣ ਲੱਗ ਗਈ ਔਰ ਉਹ ਜਿਹੜਾ ਮੁੰਡਾ ਸੀਗਾ ਉਹ ਰਾਤ ਬਰਾਤੇ ਜਾਂ ਹਨੇਰੇ ਸਵੇਰੇ ਆ ਬੀਂਗ ਵਾਈਫ ਆਪਦੀ ਉਹਨੂੰ ਮਿਲਣ ਮੁਲ ਜਾਂਦਾ ਰਹਿੰਦਾ ਕਈ ਵਾਰ ਕੰਧ ਕੁੰਧ ਟੱਪ ਕੇ ਸੋ ਉਹ ਜਿਹੜਾ ਉਹਦਾ ਭਰਾ ਸੀਗਾ ਉਹਨਾਂ ਨੇ ਇਹਨੂੰ ਮਨ੍ਹਾ ਕੀਤਾ ਹੋਇਆ ਸੀਗਾ ਬਟ ਇਹ ਵਰਜਣ ਦੇ ਬਾਵਜੂਦ ਵੀ ਮਿਲਦੇ ਸੀਗੇ ਜਿਸ ਕਰਕੇ ਉਹਨਾਂ ਦੇ ਦਿਮਾਗ ਦੇ ਵਿੱਚ ਕਾਫੀ ਇਸ ਗੱਲ ਦਾ ਗੁੱਸਾ ਸੀਗਾ ਭਰਾ 'ਚ ਭਰਾ ਕੁੜੀ ਦਾ RMP ਡਾਕਟਰ ਆ ਔਰ ਉਹ ਕੱਲ੍ਹ ਜਦੋਂ ਰਾਤ ਨੂੰ ਕਿਤੇ ਮੁੰਡਾ ਆਪਦੀ ਵਾਈਫ ਨੂੰ ਉੱਥੇ ਮਿਲਣ ਗਿਆ ਅਤੇ ਉੱਥੇ ਕਾਰ ਜਿਹੜੀ ਸੀਗੀ ਘਰ ਦੀ ਇੱਕ ਸਾਈਡ ਹਨੇਰੇ 'ਤੇ ਲੱਗੀ ਸੀ ਤੋ ਜਦੋਂ ਉਹ ਕੁੜੀ ਅਤੇ ਮੁੰਡਾ ਦਾ ਜਿਹੜਾ ਕੁੜੀ ਦਾ ਜਿਹੜਾ RMP ਡਾਕਟਰ ਉਹਦਾ ਭਰਾ ਜਿਹੜਾ ਕੁੜੀ ਦਾ ਭਰਾ ਸੀਗਾ ਉਹ ਕਿਸੇ ਨੂੰ ਇੰਜੈਕਸ਼ਨ ਲਾਉਣ ਲਈ ਰਾਤ ਘਰੋਂ ਨਿਕਲਿਆ ਤੋ ਉਹਨੇ ਇਹਨਾਂ ਦੋਵਾਂ ਨੂੰ ਵੇਖ ਲਿਆ ਔਰ ਇਹ ਸਾਰਾ ਪਰਿਵਾਰ ਇੱਕ ਹੀ ਜਿਵੇਂ ਪਰਿਵਾਰ ਹੁੰਦਾ ਵਾ ਇੱਕ ਵਿਹੜਾ ਦੇ ਵਿੱਚ 3-4 ਘਰ ਇਕੱਠੇ ਸੋ ਚਾਚੇ ਤਾਇਆਂ ਦੇ ਘਰ ਇੱਕੋ ਹੀ ਕੰਪਾਊਂਡ ਦੇ ਵਿੱਚ ਸੀਗੇ ਸੋ ਉਹਨੇ ਜਦੋਂ ਜਾ ਕੇ ਘਰ ਰੌਲਾ ਪਾਇਆ ਉੱਥੋਂ ਉਹਨੇ ਕੱਸੀ ਚੱਕ ਲਈ ਇਹਦੇ ਚਾਚੇ ਨੇ ਵੀ ਇੱਕ ਹਥਿਆਰ ਚੁੱਕ ਲਿਆ ਜਿਵੇਂ ਡਾਂਗ ਸੀਗੀ ਇੱਕ ਨੇ ਰੋਡ ਚੁੱਕ ਲਈ ਚਾਚੇ ਦੇ ਮੁੰਡੇ ਨੇ ਸੋ ਜਦੋਂ ਉਹ ਮੁੰਡਾ ਉੱਥੋਂ ਭੱਜਣ ਲੱਗਾ ਉਹ ਗੱਡੀ ਜਿਹੜੀ ਸੀਗੀ ਉਹ ਬੈਕ ਨਹੀਂ ਹੋ ਸਕੀ ਕਿਉਂਕਿ ਉੱਥੇ ਐਲਬੋ ਟਾਈਪ ਇੱਕ ਟਰਨ ਸੀਗਾ ਔਰ ਬੜੀ ਕੱਚੀ ਪਗਡੰਡੀ ਸੀਗੀ ਸੋ ਹੀ ਕੁੱਡ ਨੋਟ ਐਸਕੇਪ ਤੋ ਜਦੋਂ ਉੱਠ ਕੇ ਨਿਕਲ ਕੇ ਭੱਜਣ ਲੱਗਾ ਇਹਨੂੰ ਉਹਨੂੰ ਥਾਂ 'ਤੇ ਮਾਰਤਾ ਕੱਸੀਆਂ ਮਾਰ ਕੇ ਅਤੇ ਆਪਦੀ ਜਿਹੜੀ ਕੁੜੀ ਸੀਗੀ ਉਹਨੂੰ ਵੀ ਮਾਰਤਾ ਸੋ ਇਹਦੇ 'ਚ ਜਿਹੜਾ ਡਾਕਟਰ ਆ ਬਲਕਰਨ ਸਿੰਘ ਆ ਜਿਹੜਾ RMP ਡਾਕਟਰ ਆ ਕੁੜੀ ਦਾ ਭਰਾ ਉਹ ਅਤੇ ਇਹਦਾ ਜਿਹੜਾ ਚਾਚਾ ਵਾ ਕਿਰਪਾਲ ਸਿੰਘ ਉਹ ਅਸੀਂ ਫੜ ਲਏ ਅਤੇ ਤੀਜਾ ਜਿਹੜਾ ਦੋਸ਼ੀ ਆ ਇਹਦੇ ਚਾਚੇ ਦਾ ਮੁੰਡਾ ਉਹ ਹੀ ਸਟਿਲ ਐਟ ਲਾਰਜ ਸਾਡੀਆਂ ਪਾਰਟੀਸ ਉਹਦੇ ਮਗਰ ਆ ਉਹ ਵੀ ਅਸੀਂ ਜਲਦ ਤੋਂ ਜਲਦ ਹੀ ਅਰੈਸਟ ਕਰ ਲਾਂਗੇ ਐਨੀ ਕੁਐਸਚਨਸ ਪਲੀਜ਼ ਨਹੀਂ ਜੀ ਕੁੜੀ ਨਹੀਂ ਜੋਬ ਕਰਦੀ ਕੁੜੀ ਦਾ ਭਰਾ RMP ਡਾਕਟਰ ਸੀਗਾ ਅਤੇ ਜਿਹੜੇ ਨਾਲ ਉਹਨੇ ਵਿਆਹ ਕਰਾਇਆ ਸੀ ਉਹ ਪੁਲਿਸ ਕਾਂਸਟੇਬਲ ਸੀ 4 ਸਾਲ ਤੋਂ ਉਹ ਕਰੀਬ 1 ਸਾਲ ਪਹਿਲਾਂ ਤੋਂ ਹਾਂ ਲੋਕ ਸ਼ਿਫਟ ਕੇ ਸਰ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਹ ਜਦੋਂ ਪਹਿਲਾਂ ਉਹਨਾਂ ਨੇ ਡਰਿੰਕ ਕੀਤੀ ਵੀ ਸੀ ਆਪਸ 'ਚ ਦੋਹਾਂ ਦੇ ਤਲਖੀਆਂ ਵੀ ਹੋਈਆਂ ਨੇ ਪਹਿਲਾਂ ਝਗੜਾ ਹੋਇਆ ਉਸ ਤੋਂ ਬਾਅਦ ਪਰਿਵਾਰ ਦੇ ਬਾਹਰ ਜਾ ਕੇ ਘਰ ਦੇ ਬਾਹਰ ਜਾ ਕੇ ਫਿਰ ਇੰਸੀਡੈਂਟ ਵੇਖੋ ਜੀ ਜਿਹੜੀ ਉਹ ਡਰਿੰਕ ਕੀਤੀ ਹੋਈ ਆ ਓਬਵੀਅਸਲੀ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਸ਼ਰਾਬ ਦੇ ਨਸ਼ੇ ਜਾਂ ਹੋਰ ਨਸ਼ੇ 'ਚ ਹੁੰਦੀਆਂ ਜਿਹੜੇ ਬੰਦੇ ਉਹ ਅਰੈਸਟ ਕਰ ਲਏ ਇਹਨਾਂ ਦਾ ਜਿਹੜਾ ਹੈਗਾ ਡਾਕਟਰੀ ਮੁਲਾਜ਼ਾ ਹੋਊਗਾ ਔਰ ਜੋ ਵੀ ਰਿਪੋਰਟ ਹੋਊਗੀ ਡੈਟ ਵਿਲ ਬੀ ਯੂ ਨੋ ਇਨਵੈਸਟੀਗੇਟਿਡ ਡਿਊਰਿੰਗ ਦੀ ਕੋਰਸ ਆਫ ਇਨਵੈਸਟੀਗੇਸ਼ਨ ਲੜਕੀ ਬਚਾ ਤੇ ਕਰਦੀ ਪਰ ਗੁੱਸਾ ਤੇ ਲੜਕੀ ਤੇ ਵੀ ਸੀਗਾ ਹਾਂ ਦੈਟ ਇੰਟੈਂਸ਼ਨ ਵਾਸ ਟੂ ਕਿਲ ਬੋਥ